ਹਾਂਜੀ ਸਾਥੀਆ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੈਰੀਅਰ ਨਫ ਤੇ ਤੇ ਮੈਂ ਤੁਹਾਡੇ ਵਾਸਤੇ پی 3 ਬੀ ਦੇ ਕਲਰਕ ਦੇ ਪੇਪਰ ਲਈ ਕੁਝ ਮਹੱਤਵਪੂਰਨ ਬੁਝ ਲੈ ਕੇ حاضر ਹਾਂ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਰਿਸਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਜਰੂਰ ਪੈਸ ਕਰ ਦਿਓ ਅਤੇ ਨਾਲ ਹੀ ਨਾਲ ਸਾਡੇ ਚੈਨਲ ਤੇ ਐਫਸੀਆਈ ਦੀ ਵੀ ਤਿਆਰੀ ਕਰਵਾਈ ਜਾ ਰਹੀ ਹੈ ਸੋ ਜਰੂਰ ਉਸ ਨੂੰ ਵੀ ਜਾ ਕੇ ਵੀਡੀਓ ਦੇਖ ਲਓ ਉਹਨਾਂ ਦੀਆਂ ਵੀ ਮੈਂ ਪਲੇਲਿਸਟ ਤਿਆਰ ਕਰਤੀ ਹੈ ਠੀਕ ਹੈ ਜੀ ਤਾਂ ਵੱਧਦੇ ਹਾਂ ਜੀ ਪਹਿਲੇ ਕੁਸ਼ਨ ਵੱਲ ਪਹਿਲਾ ਕੁਸ਼ਨ ਹੈ ਜੀ ਸੰਘੋਲ ਕਿਸ ਜਗ੍ਹਾ ਨਾਲ ਸੰਬੰਧਿਤ ਹੈ ਆਪਸ਼ਨ ਹੈ ਮਿਸ਼ਰੀ ਸਭਿਆਚਾਰ ਹੜੱਪਾ ਸਭਿਆਚਾਰ ਐਂਗਲੋ ਇੰਡੀਅਨ ਸਭਿਆਚਾਰ ਜਾਂ ਅਰਬੀ ਸਭਿਆਚਾਰ ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ ਆਪਨਰ ਸਾਹਮਣੇ ਜੀ ਹੈ ਇਤਰਾ ਜੀ ਹੜੱਪਾ ਸਭਿਆਚਾਰ ਨਾਲ ਉਹ ਇਸ ਦਾ ਉੱਤਰ ਸਾਰਿਆਂ ਨੂੰ ਪਤਾ ਹੋਏਗਾ ਕਿਉਂਕਿ ਇਹ ਬਹੁਤ ਇੰਪੋਰਟਨ ਕੁਸ਼ਨ ਹੈ ਇਹ ਬਹੁਤ ਵਾਰ ਹੀ ਇਹ ਪੇਪਰ ਵਿੱਚ ਰਿਪੀਟ ਹੋ ਚੁੱਕਿਆ ਹੈ ਸੋ ਇਸ ਨੂੰ ਜਿਨਨੂੰ ਤਾਂ ਪਤਾ ਠੀਕ ਹੈ ਜਿਨਨੂੰ ਨਹੀਂ ਪਤਾ ਉਹ ਜਰੂਰ ਇਸ ਨੂੰ ਨੋਟ ਕਰ ਲਿਓ ਤੇ ਯਾਦ ਵੀ ਜੁੜ ਕਰ ਲਿਓ ਹਾਂਜੀ ਸੰਗੋਲ ਕਿਸ ਜਗ੍ਹਾ ਦਾ ਨਾਲ ਸੰਬੰਧਿਤ ਹੈ ਜਿਹੜਾ ਸਹੀ ਤਰ ਹੋਵੇਗਾ ਹੜੱਪਾ ਸੱਭਿਆਚਾਰ ਨਾਲ ਠੀਕ ਹੈ ਵਾਧਿਆ ਜੀ ਅਗਲਾ ਸਵਾਲ ਅਰਾਵਿ ਨਦੀ ਪੰਜਾਬ ਦਾ ਇਤਿਹਾਸ ਕਿਸ ਦੂਰ ਤੋਂ ਸ਼ੁਰੂ ਹੋਇਆ ਜਾਂ ਸ਼ੁਰੂ ਹੁੰਦਾ ਹੈ ਆਪਨੇ ਜੀ ਮੌਰੀਆ ਸਮੇ ਤੋਂ ਹੜੱਪਾ ਸਮੇ ਤੋਂ ਗੁਪਤਾ ਸਮੇ ਤੋਂ ਜਾਂ ਆਰਿਆਂ ਦੇ ਆਗਮਨ ਤੋਂ ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ ਉਪਨਰ ਸਾਹਮਣੇ ਹੈ ਜੀ ਤਾਂ ਇਹਦਾ ਹੀ ਉਤਰ ਹੈ ਜੀ ਆ ਰਹੇ ਨੇ ਹਮਲੇ ਤੋਂ ਆਗਮਨ ਤੋਂ ਠੀਕ ਹੈ ਜੀ ਪੰਜਾਬ ਦਾ ਇਤਿਹਾਸ ਕਿਸ ਦੌਰ ਤੋਂ ਸ਼ੁਰੂ ਹੁੰਦਾ ਹੈ ਤੜਾਈਤਰ ਵਗਾ ਆ ਰਹੇ ਨੇ ਆਗਮਨ ਤੋਂ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜੋ ਇੰਡਸ ਵੈਲੀ ਸਿਵਲਾਈਜੇਸ਼ਨ ਪਾਵਰ ਸਿੱਧੂ ਘਾੜੀ ਸਭਿਅਤਾ ਦਾ ਖਤਮ ਹੋਣ ਦਾ ਕਾਰਨ ਕੀ ਸੀ ਉਹਨਾਂ ਦੇ ਬੰਦਿਆਂ ਦੇ ਖਤਮ ਹੋਣ ਦਾ ਕਾਰਨ ਕੀ ਸੀ ਇੱਕ ਤਾਂ ਆ ਰਹੇ ਦਾ ਹਮਲਾ ਸੀਗਾ ਠੀਕ ਹੈ ਇੱਕ ਕਿਉਂਕਿ ਉਹ ਅ ਤੇ دریاਵਾ ਦੇ ਉੱਤੇ ਮੁਲਕ ਨਦੀਆਂ ਦੇ ਉੱਤੇ ਆਪਣੇ ਘਰ ਬਣਾਉਂਦੇ ਸੀ ਅਤੇ ਉਹਨਾਂ ਦੇ ਜੋ ਹੜ੍ਹ ਵਗੈਰਾ ਆਉਂਦੇ ਸੀਗੇ ਉਹਨਾਂ ਦਾ ਕਾਰਨ ਸੀਗਾ ਇੱਕ ਤਾਂ ਆਰਿਆਨ ਤੇ ਇੱਕ ਉਹਨਾਂ ਦੇ ਜਿਹੜੇ ਨਦੀਆਂ-ਨਦੀਆਂ ਤੇ ਜਿਹੜੇ دریاਵਾ ਉੱਤੇ ਘਰ ਬਣਾਉਂਦੇ ਸੀ ਇਹ ਖਤਮ ਹੁੰਦਾ ਕਾਰਨ ਸੀਗਾ ਠੀਕ ਹੈ ਸੋ ਇਸ ਨੂੰ ਜ਼ਰੂਰ ਯਾਦ ਰੱਖਿਓ ਤੁਸੀਂ ਵਾਧਿਆ ਅੰਸ਼ਵ ਅਲੋchna ਜੀ ਸਿਕੰਦਰ ਪੰਜਾਬ ਦੀ ਕਿਹੜੀ ਨਦੀ ਤੋਂ ਵਾਪਸ ਮੁੜਿਆ ਬਹੁਤ ਹੀ ਇੰਪੋਰਟੈਂਟ ਕੁਸ਼ਨ ਹਨ ਸਾਰੇ ਹੀ ਬਹੁਤ ਹੀ ਇੰਪੋਰਟੈਂਟ ਕੁਸ਼ਨ ਹਨ ਕਿਉਂਕਿ ਇਹ ਜੋ ਕੁਸ਼ਨ ਹਨ ਇਹ ਮੈਂ ਪੀ ਟ੍ਰਿਪਲੱਸ ਬੀ ਦੇ ਪੁਰਾਣੇ ਪੇਪਰਾਂ ਦੇ ਵਿੱਚੋਂ ਹੀ ਚੱਕੇ ਹਨ ਠੀਕ ਹੈ ਉਸ ਦਾ ਮੋਕ ਟੈਸਟ ਇੱਕ ਤਿਆਰ ਹੀ ਤੁਸ ਸਮਝ ਲਓ ਕੀਤਾ ਹੈ ਮੈਂ 20 ਕਵਿਸ਼ਨਾਂ ਦਾ ਸੋ ਜ਼ਰੂਰ ਇਹਨਾਂ ਕਵਿਸ਼ਨਾਂ ਨੂੰ ਜਰਾ ਯਾਦ ਕਰ ਲਓ ਰਿਪੀਟ ਹੋ ਰਿਹਾ ਬਹੁਤ ਜ਼ਿਆਦਾ ਇਹ ਕਵਿਸ਼ਨ ਆਪਣਾ ਜੇਹਲਮ ਸਤਲੁਜ ਚਨਾਬ ਜਾਂ ਬਿਆਸ ਦੱਸੋ ਜੀ ਸਹੀ ਉਤਰ ਕਿਹ ਹੈ ਗੈਸ ਦਾ ਆਪਣਾ ਸਾਹਮਣੇ ਹੈ ਜੀ ਤਾਂ ਇਹਤਰ ਹੈ ਜੀ ਬਿਆਸ ਹਾਂ ਜੀ ਸਿਕੰਦਰ ਪੰਜਾਬ ਦੀ ਕਿਹੜੀ ਨਦੀ ਤੋਂ ਵਾਪਸ ਮੁੜਿਆ ਜਿਹੜਾ ਇਹ ਤਰਵਗਾ ਬਿਆਸ ਨਦੀ ਤੋਂ ਠੀਕ ਹੈ ਜੀ ਸੋ ਜ਼ਰੂਰ ਯਾਦ ਰੱਖਿਓ ਇਸ ਨੂੰ ਵਾਧਦੇ ਜੀ ਨੂੰ ਇਸ ਨੂੰ ਅਤੇ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਓ ਉਸ ਨੂੰ ਤੇ ਵਾਧਿਆਨ ਉਸਮਰ ਅਲੋchna ji सिकंदर ने किस ਨੂੰ पंजाब ਵਿੱਚ ਆਪਣਾ પ્રતિનિధి नियुक्त ਕੀਤਾ ਸੀ অপশন ਹੈ ਜੀ ਕਲੇ ASCIIS ਫਿਲਮਸ ਪੋਰਸ ਜਾਂ ਬਰਗ ਦੇ ਵਿੱਚੋਂ ਕੋਈ ਵੀ ਨਹੀਂ ਦੱਸੋ ਜੀ صحیح ਉੱਤਰ ਕੀ ਹੈ ਗੈਸ ਦਾ অপਨੀਰ ਸਾਹਮਣੇ ਹੈ ਜੀ ਦਾਹੀਤਰ ਜੀ ਪੋਰਸ ਅਈ ਸਿਕੰਦਰ ਨੇ ਕਿਸ ਨੂੰ ਭਾਰ ਪੰਜਾਬ ਵਿੱਚ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਸੀ ਢੜਹਾਈ ਤਰਵਗਾ ਪੋਰਸ ਨੂੰ ਠੀਕ ਹੈ ਜੀ ਸੋ ਇਹਦੀ ਜ਼ਰੂਰੀ ਤੁਸੀਂ ਜ਼ਰੂਰੀ ਯਾਦ ਰੱਖਿਓ ਉਸ ਨੂੰ ਵਾਧਿਆ ਅਗੋਸਟ ਵਾਲ ਅਰੋਸ਼ਣਾ ਜੀ ਮਹਾ ਭਾਰਤ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ ਆਪਨਾ ਜੀ ਟੱਕ ਪ੍ਰਦੇਸ਼ ਪੰਚਨੜ ਵਿਤਾਸ਼ਤਾ ਜਾਂ ਹਪਸਿੱਧੂ ਦੱਸੋ ਜੀ ਸਹੀ ਉਤਰ ਕੀ ਹੋਏਗਾ ਇਸ ਦਾ ਆਪਨਰ ਦੱਸਨੇ ਹੈ ਜੀ ਤੜਾਹੇ ਤ੍ਰਿਜਿ ਪਚਨੜ ਇਹ ਮਹਾਭਾਰਤ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ ਤੜਾਹੇ ਤ੍ਰਿਵਗਾ ਪਚਨੜ ਠੀਕ ਹੈ ਸੋ ਜਰੂਰੀ ਯਾਦ ਰੱਖਿਓ ਉਸ ਨੂੰ ਵਾਧਿਆ ਜੀ ਅਗਲਾ ਸਵਾਲ ਅਗਲਾ ਜੀ ਭਾਰਤ ਦੇ ਕਿਹੜੇ ਰਾਜ ਵਿੱਚ ਚਾਰ ਪ੍ਰਾਚੀਨ ਗ੍ਰੰਥ ਲਿਖੇ ਗਏ ਆਪਸ਼ਨ ਹੈ ਹੀ ਪੰਜਾਬ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਜਾਂ ਮਹਾਰਾਸ਼ਟਰ ਦੱਸੋ ਜੀ ਸਹੀ ਉਤਰ ਕੀ ਹੈ ਗੈਸ ਦਾ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ ਤੜਾਹੇ ਉਤਰ ਹੈ ਜੀ ਪੰਜਾਬ ਅੱਜ ਭਾਰਤ ਦੇ ਕਿਹੜੇ ਰਾਜ ਵਿੱਚ ਚਾਰ ਪ੍ਰਾਚੀਨ ਗ੍ਰੰਥ ਲਿਖੇ ਗਏ ਤੜਾਈ ਤਰਵੇਗਾ ਪੰਜਾਬ ਠੀਕ ਹੈ ਸੋ ਜਰੂਰੀ ਯਾਦ ਰੱਖਿਓ ਇਸ ਨੂੰ ਵਾਧਦੇ ਆਣੇਸ਼ਟਵਨ ਅਗਲਾ ਸਵਾਲ ਨਦੀ ਸਿਕੰਦਰ ਨੇ ਪੰਜਾਬ ਉੱਤੇ ਕਦੋਂ ਹਮਲਾ ਕੀਤਾ ਸੀ ਬਹੁਤ ਹੀ ਇੰਪੋਰਟਨ ਕੁਐਸਚਨ ਹੈ ਜੀ ਆਪਸ਼ਨ ਹੈ ਜੀ 326 ਈਸਵੀ ਪੂਰਵ 327 ਈਸਵੀ ਪੂਰਵ 328 ਈਸਵੀ ਪੂਰਵ ਜਾਂ 329 ਈਸਵੀ ਪੂਰਵ ਦੱਸੋ ਜੀ ਸਹੀ ਉੱਤਰ ਕਿਹੜਾ ਹੈ ਗੈਸ ਦਾ ਆਪਸ਼ਨਰ ਸਾਹਮਣੇ ਹੈ ਜੀ ਤਾਂ ਇਤਰਾ ਜੀ 1326 ਵੀ ਪੂਰਵ ਮਹਾਂ ਜ ਸਕੰਦਰ ਨੇ ਪੰਜਾਬ ਉਤੇ ਕਦੋਂ ਹਮਲਾ ਕੀਤਾ ਸੀ ਤੜਾਈ ਤਰਵਕਾ 1326 ਵੀ ਪੂਰਵ ਠੀਕ ਹੈ ਅਤੇ ਇੱਕੋ ਸਵਾਲ ਨੇ ਤੇ ਹੋਰ ਬਣ ਜਾਂਦਾ ਹੈ ਕਿ ਜਦੋਂ ਸਕੰਦਰ ਨੇ ਪੰਜਾਬ ਉਤੇ ਹਮਲਾ ਕੀਤਾ ਸੀ ਤਾਂ ਉਸ ਟਾਈਮ ਜਿਹੜਾ ਪੰਜਾਬ ਦਾ ਰਾਜਾ ਕੌਣ ਸੀਗਾ ਤੜਾਈ ਤਰਵਕਾ ਪੋਰਸ ਇਸ ਨੇ ਹੀ ਸਕੰਦਰ ਦਾ ਸਾਹਮਣਾ ਕੀਤਾ ਸੀਗਾ ਠੀਕ ਹੈ 1326 ਵੀ ਪੂਰਵ ਵਿੱਚ ਠੀਕ ਹੈ ਜੀ ਸੋ ਜਰੂਰੀ ਯਾਦ ਰੱਖਿਓ ਇਸ ਨੂੰ ਵਾਧਦੇ ਹਾਂ ਅਗਲਾ ਸਵਾਲ ਅ ਜੀ 10 ਰਾਜਿਆਂ ਦੀ ਲੜਾਈ ਕਿਸ ਨਦੀ ਨਾਲ ਸੰਬੰਧਿਤ ਹੈ ਆਫਨਲੀ ਬਿਆਸ ਸਤਲੁਜ ਸਿੱਧੂ ਜਾਂ ਰਾਵੀ ਦੱਸੋ ਜੀ ਥੀ ਉਤਰ ਕੇ ਹੋਏਗਾ ਇਸ ਦਾ ਆਪਸ਼ਨਰ ਆਮਨੇ ਹੈ ਜੀ ਤਾਇ ਦਾ ਹਿੱਤ ਹੈ ਜੀ ਰਾਵੀ ਨਾਲ ਹਾਂਜੀ ਦਸਰਾਜ ਦੀ ਲੜਾਈ ਕਿਸ ਨਦੀ ਨਾਲ ਸੰਬੰਧਿਤ ਹੈ ਤੁਹਾਡੇ ਤਰ ਹੋਵੇਗਾ ਰਾਵੀ ਨਾਲ ਠੀਕ ਹੈ ਸੋ ਜਰੂਰ ਯਾਦ ਰੱਖਿਓ ਵਾਧਿਆ ਜੀ ਅਗਲਾ ਸਟਮਨ ਅਲੋਸ਼ਨਾ ਜੀ ਤਕਸੀਲਾ ਯੂਨੀਵਰਸਿਟੀ ਪ੍ਰਾਚੀਨ ਭਾਰਤ ਦੇ ਕਿਹੜੇ ਰਾਜ ਵਿੱਚ ਸਥਿਤ ਸੀ ਆਪਸ਼ਨਰ ਜੀ ਬਿਹਾਰ ਪੰਜਾਬ ਉੱਤਰ ਪ੍ਰਦੇਸ਼ ਜਾਂ ਬੰਗਾਲ ਦੱਸੋ ਜੀ ਥੀਓਰਕੀ ਹੈ ਗੈਸ ਦਾ ਆਪਸ਼ਨਰ ਸਾਹਮਣੇ ਹੈ ਜੀ ਤਾਂ ਹੀ ਤਰਾਂ ਜੀ ਪੰਜਾਬ ਅਜੀ ਤਕਸੀਲਾ ਯੂਨੀਵਰਸਿਟੀ ਪ੍ਰਾਚੀਨ ਭਾਰਤ ਦੇ ਕਿਹੜੇ ਰਾਜ ਵਿੱਚ ਸੰਬੰਧਿਤ ਸਥਿਤ ਹੈ ਸਥਿਤ ਸੀ ਤਰ ਹੈ ਤਰ ਵਗਾ ਪੰਜਾਬ ਨਾਲ ਠੀਕ ਹੈ ਜੀ ਸੋ ਜ਼ਰੂਰ ਯਾਦ ਰੱਖਿਓ ਉਸ ਨੂੰ ਵਾਦਦੇ ਆਨੋਸਟਵਾਲ ਅਹਲਾਸ਼ਨਾ ਜੀ ਬਾਬਰ ਦਾ ਪੰਜਾਬ ਉੱਤੇ ਆਖਰੀ ਹਮਲਾ ਕਦੋਂ ਹੋਇਆ ਸੀ ਆਪਸ਼ਨ ਹੈ ਜੀ 1519 1524 1520 ਜਾਂ 1526 ਦਸੋ ਜੀ ਥੇ ਉਤਰ ਕੇ ਗੈਸ ਦਾ ਆਫਨਰ ਦਾਮਨੇ ਹੈ ਜੀ ਤਾਇਦਾ ਹੋਇਤ ਹੈ ਜੀ 1526 ਸੀ ਵਿੱਚ ਹਾਂਜੀ ਬਾਬਰ ਦਾ ਪੰਜਾਬ ਉੱਤੇ ਆਖਰੀ ਹਮਲਾ ਕਦੋਂ ਹੋਇਆ ਸੀ ਤੜਾਏ ਤਰ ਹੋਗਾ 1526 ਸੀ ਵਿੱਚ ਅਤੇ ਇਹ ਕੁਐਸਚਨ ਜੋ ਹੈ ਜੋ ਇਸ ਵਾਰ ਦੇ ਪੇਪਰ ਹੋਏ ਹਨ ਉਹਨਾਂ ਵਿੱਚ ਤਾਂ ਰਿਪੀਟ ਹੋਇਆ ਹੀ ਹੋਇਆ ਹੈ ਅਤੇ ਪੁਰਾਣੇ ਪੇਪਰਾਂ ਵਿੱਚ ਇਹ ਪੋਸਟਨ ਬਹੁਤ ਜ਼ਿਆਦਾ ਰਿਪੀਟ ਹੋ ਰਿਹਾ ਸੋ ਇਸ ਕੁਐਸਚਨ ਦੇ ਆਉਣ ਦੇ ਬਹੁਤ ਜ਼ਿਆਦਾ ਚਾਂਸ ਹਨ ਅਗਲੇ ਪੇਪਰਾਂ ਦੇ ਵਿੱਚ ਵੀ ਸੋ ਇਸ ਨੂੰ ਜੀ ਤੁਸੀ ਜ਼ਰੂਰ ਯਾਦ ਕਰ ਲਿਓ ਅਤੇ ਮਾਈਂਡ ਵਿੱਚ ਵੀ ਜ਼ਰੂਰ ਬਿਠਾ ਲਿਓ ਠੀਕ ਹੈ ਵਧਦੇ ਆ ਜੀ ਅਗੋਸ਼ਟਮਾ ਅਗੋਸ਼ਟਮਾ ਜੀ ਬਾਬਰ ਨੇ ਪਹਿਲੀ ਵਾਰ ਪੰਜਾਬ ਤੇ ਹਮਲਾ ਕਦੋਂ ਕੀਤਾ ਸੀ অপਸ਼ਨ ਹੈ ਜੀ 1519 1526 1520 ਜਾਂ 1524 ਦੱਸੋ ਜੀ ਸਹੀ ਉੱਤਰ ਕਿਹ ਹੈਗਾ ਇਸ ਦਾ ਆਪਨੇਰ ਤੁਮਨੇ ਜੀ ਤਾਂ ਇਹਦੇ ਜੋ ਸਹੀ ਉੱਤਰ ਹੋਵੇਗਾ ਉਹ ਹੈਗਾ ਜੀ 1519 ਹੀ ਵਿੱਚ ਹਾਂਜੀ ਬਾਬਰ ਨੇ ਪਹਿਲੀ ਵਾਰ ਪੰਜਾਬ ਤੇ ਹਮਲਾ ਕਦੋਂ ਕੀਤਾ ਸੀ ਤਾਂ ਸਹੀ ਉੱਤਰ ਹੋਵੇਗਾ 1519 ਅਤੇ ਪਹਿਲਾ ਹਮਲਾ ਜੋ 1500 19 ਵਿੱਚ ਕੀਤਾ ਸੀ ਅਤੇ ਆਖਰੀ ਕੀਤਾ ਸੀਗਾ 1526 ਵਿੱਚ ਠੀਕ ਹੈ ਸੋ ਤੁਸੀਂ ਜਰੂਰ ਯਾਦ ਰੱਖਿਓ ਤੇ ਕਨਫਿਊਜ਼ ਨਾ ਹੋ ਜਿਓ ਠੀਕ ਹੈ ਤਾਂ ਵਾਧਦੇ ਆ ਜੀ ਅਗਲਾ ਸਵਾਲ ਅਗਲਾ ਸਵਾਲ ਜੀ ਪੰਜਾਬ ਵਿੱਚ ਮੁਗਲ ਸਾਮਰਾਜ ਦਾ ਪਤਨ ਕਦੋਂ ਹੋਇਆ ਆਪਸ਼ਨ ਹੈ ਜੀ 16ਵੀਂ ਸਦੀ ਵਿੱਚ 17ਵੀਂ ਸਦੀ ਵਿੱਚ 18ਵੀਂ ਸਦੀ ਵਿੱਚ ਜਾਂ 19ਵੀਂ ਸਦੀ ਵਿੱਚ ਦੱਸੋ ਜੀ ਸਹੀ ਉਤਰ ਕਿਹੋ ਜਿਹਾ ਹੈਗਾ ਇਸ ਦਾ ਆਪਨ ਜਿਹੜਾ ਸਾਹਮਣੇ ਹੈ ਜੀ ਤਾਂ ਇਹਦਾ ਜੋ ਸਹੀਤਰ ਵੇਗਾ ਹੋਵੇਗਾ ਜੀ 18ਵੀਂ ਸਦੀ ਵਿੱਚ ਹਾਂਜੀ ਪੰਜਾਬ ਵਿੱਚ ਮੁਗਲ ਸਾਮਰਾਜ ਦਾ ਪਤਨ ਕਦੋਂ ਹੋਇਆ ਤੜਾਈ ਤਰਵੇਗਾ 18ਵੀਂ ਸਦੀ ਵਿੱਚ ਠੀਕ ਹੈ ਸੋ ਜ਼ਰੂਰ ਯਾਦ ਰੱਖਿਓ ਤੁਹਾਨੂੰ ਕਦੇ ਮਾਈਂਡ ਵਿੱਚ ਹੀ ਜੁਟ ਉਠਾ ਲਿਓ ਪਰ ਜੇਕਰ ਤੁਹਾਨੂੰ ਮੇਰੀ ਵੀਡੀਓ ਸਪੀਡ ਜਿਆਦਾ ਲੱਗ ਰਹੀ ਹੈ ਤਾਂ ਵੀਰ ਨੂੰ ਪਾਜ਼ ਵੀ ਜ਼ਰੂਰ ਕਰ ਸਕਦੇ ਹੋ ਹਾਂਜੀ ਵਾਧਦੇ ਹਾਂ ਉਸਟਮਾ ਅਗਲਾ ਸਵਾਲ ਜੀ ਪਾਣੀਪਤ ਦੀ ਤੀਜੀ ਲੜਾਈ ਦਾ ਮੁੱਖ ਨਤੀਜਾ ਕੀ ਸੀ ਆਪਸ਼ਨ ਜੀ ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਅੰਤ ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਵਿੱਚ ਵਾਧਾ ਪੰਜਾਬ ਵਿੱਚ ਰਾਜਿਕਤਾ ਜਾਂ ਅੰਗਰੇਜ਼ਾਂ ਦੀ ਸ਼ਕਤੀ ਵਿੱਚ ਵਾਧਾ ਦੱਸੋ ਜੀ ਸਹੀ ਉੱਤਰ ਕੀ ਹੋਏਗਾ ਤਾਂ ਆਪ ਜੀ ਤੋਂ ਸਾਹਮਣੇ ਹੈ ਜੀ ਤਾਂ ਇਹ ਤਾਂ ਜੋ ਸਹੀ ਤਰ੍ਹਾਂ ਵੇਖਾ ਹੋਏਗਾ ਜੀ ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਵਿੱਚ ਵਾਧਾ ਹਾਂ ਜੀ ਜਦੋਂ ਪਾਣੀਪਤ ਦੀ ਤੀਜੀ ਲੜਾਈ ਦਾ ਮੁਕੰਨ ਤੀਜਾ ਜੋ ਨਿਕਲਿਆ ਸੀਗਾ ਉਹ ਹੋਇਆ ਸੀਗੀ ਪੰਜਾਬ ਦੇ ਜੋ ਸਿੱਖ ਸੀ ਉਹਨਾਂ ਦੀ ਸ਼ਕਤੀ ਵਿੱਚ ਵਾਧਾ ਹੋਇਆ ਸੀਗਾ ਠੀਕ ਹੈ ਸੋ ਜ਼ਰੂਰ ਯਾਦ ਰੱਖਿਓ ਉਸ ਨੂੰ ਵਾਧਿਆਂ ਗ੍ਰੰਥ ਨੂੰ ਐਲੋਸਨਿਆ ਦੀ ਪੰਜਾਬ ਨੂੰ ਮੱਧ ਕਾਲੀਨ ਸਮੇਂ ਵਿੱਚ ਲਾਹੌਰ ਰਾਜ ਕਿਉਂ ਕਿਹਾ ਜਾਂਦਾ ਸੀ ਆਪਸ਼ਨ ਹੈ ਜੀ ਕਿਉਂਕਿ ਲਾਹੌਰ ਕੇ ਅੰਦਰ ਵਿੱਚ ਸੀ ਜਾਂ ਲਾਹੌਰ ਸਭ ਤੋਂ ਵੱਡਾ ਸ਼ਹਿਰ ਹੋਣ ਕਾਰਨ ਲਾਹੌਰ ਮੁੱਖ ਵਪਾਰਕ ਕਸਬਾ ਹੋਣ ਕਾਰਨ ਜਾਂ ਲਾਹੌਰ ਰਾਜਧਾਨੀ ਹੋਣ ਕਾਰਨ ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ ਆਪਸ਼ਨ ਤਾਂ ਸਾਹਮਣੇ ਹੈ ਜੀ ਤਾਂ ਇਹਦਾ ਸਹੀ ਉੱਤਰ ਹੈ ਜੀ ਲਾਹੌਰ ਮੁੱਖ ਵਪਾਰਕ ਕਸਬਾ ਹੋਣ ਕਾਰਨ ਹਾਂਜੀ ਪੰਜਾਬ ਨੂੰ ਮੱਧ ਕਾਲੀਨ ਸਮੇਂ ਵਿੱਚ ਲਾਹੌਰ ਰਾਜ ਕਿਉਂ ਕਿਹਾ ਜਾਂਦਾ ਸੀ ਜਿਹੜਾ ਹੈ ਤਰੁਕ ਲਾਹੌਰ ਮੁੱਖ ਵਪਾਰਕ ਕਸਬਾ ਹੋਣ ਕਾਰਨ ਠੀਕ ਹੈ ਤੁਸੀਂ ਜ਼ਰੂਰ ਯਾਦ ਰੱਖਿਓ ਤੁਹਾਨੂੰ ਅਤੇ ਮਾਈਂਡ ਵਿੱਚ ਵੀ ਜ਼ਰੂਰ ਬਿਠਾ ਲਿਓ। ਵਾਧੇ ਅੱਗੇ ਅਲੋchna ਜੀ ਮੁਸਲਮਾਨਾਂ ਨੇ ਕਿਸ ਸਮੇਂ ਦੌਰਾਨ ਪੰਜਾਬ ਤੇ ਸ਼ਾਸਕ ਕੀਤਾ ਜਾਂ ਸ਼ਾਸਨ ਕੀਤਾ? ਆਪਸ਼ਨ ਹੈ ਜੀ 17ਵੀਂ ਸਦੀ ਤੋਂ 19ਵੀਂ ਸਦੀ ਤੱਕ 1991 ਤੋਂ 1708 ਤੱਕ 1526 ਤੋਂ 1708 ਤੱਕ ਜਾਂ 8ਵੀਂ ਸਦੀ ਤੋਂ 18ਵੀਂ ਸਦੀ ਤੱਕ ਦੱਸੋ ਜੀ 23 ਤਰੀਕੂ ਅਗਸਤ ਦਾ ਆਫੀਨਡ ਸਮਝਣਾ ਜੀ ਦਾਇਦਾ ਹੀ ਜੀ 1191 ਤੋਂ ਅਥਾ 1708 ਤੱਕ ਠੀਕ ਹੈ 1191 ਤੋਂ 1708 ਤੱਕ ਮੁਸਲਮਾਨਾਂ ਨੇ ਹਮਲਾ ਥੋੜੀ ਮੁਸਲਮਾਨਾਂ ਕਿਸ ਦੌਰਾਨ ਪੰਜਾਬ ਦੇ ਸ਼ਾਸਨ ਕੀਤਾ ਜਦਾਇਦਾ ਹੀ ਤਰ ਬਗ 1191 ਤੋਂ 1708 ਤੱਕ ਠੀਕ ਹੈ ਸੋ ਜਰੂਰ ਯਾਦ ਰੱਖਿਓ ਇਸ ਨੂੰ ਠੀਕ ਹੈ ਜੀ ਵਾਧੇ ਆਨਲੋਸ਼ਨਾ ਹਾਲੋਸ਼ਨਾ ਜੀ ਮੁਗਲ ਸਮਰਾਟ ਅਕਬਰ ਨੇ ਪੰਜਾਬ ਨੂੰ ਕਿੰਨੇ ਸੂਬੇ ਵਿੱਚ ਵੰਡਿਆ ਹੈ ਆਪਸ਼ਨ ਜੀ 2 1 5 ਜਾਂ 3 ਦੱਸੋ ਜੀ ਸਹੀ ਉੱਤਰ ਕਿਹ ਹੋਏਗਾ ਇਸ ਦਾ ਉਹ ਵੀ ਨਾ ਸਮਝਿਆ ਜੀ ਤਾਂ ਇਹਦਾ ਜੋ ਸਹੀ ਉੱਤਰ ਵੇਗਾ ਹੋਏਗਾ ਜੀ 2 ਹਾਂਜੀ ਮੁਗਲ ਸਮਰਾਟ ਅਕਬਰ ਨੇ ਪੰਜਾਬ ਨੂੰ ਕਿੰਨੇ ਸੂਬਿਆਂ ਵਿੱਚ ਵੰਡਿਆ ਤੁਹਾਡਾ ਇਹ ਉੱਤਰ ਵੇਗਾ 2 ਸੂਬਿਆਂ ਵਿੱਚ ਠੀਕ ਹੈ ਸੋਸ ਨੂੰ ਵੀ ਜਰੂਰੀ ਯਾਦ ਰੱਖਿਓ ਵਾਦਿਆਂ ਦੀਆਂ ਨਾਲ ਸ਼ੁਰੂ ਆਲੋchnਾ ਜੀ ਭਾਰਤ ਵਿੱਚ ਸੂਫੀਵਾਦ ਦਾ ਸਭ ਤੋਂ ਵੱਡਾ ਪ੍ਰਭਾਵ ਕਿੱਥੇ ਪਾਇਆ ਗਿਆ ਆਪਸ਼ਨ ਹੈ ਜੀ ਪੰਜਾਬ ਤੋਂ ਸਿੱਧੇ ਤੱਕ ਦੱਖਣੀ ਭਾਰਤ, ਮੱਧ ਪ੍ਰਦੇਸ਼ ਜਾਂ ਉੱਤਰ ਪ੍ਰਦੇਸ਼ ਦੱਸੋ ਜੀ ਸੇ ਉੱਤਰ ਕੀ ਹੋਏ ਗੈਸ ਦਾ ਆਹਟਡ ਸਾਹਮਣੇ ਆ ਜੀ। ਤਾਂ ਇਹ ਦਾ ਖੇਤਰ ਹੈ ਜੀ ਪੰਜਾਬ ਤੋਂ ਸਿੱਧੇ ਤੱਕ ਹਾਂਜੀ ਭਾਰਤ ਵਿੱਚ ਸੂਫੀਵਾਦ ਦਾ ਸਭ ਤੋਂ ਵੱਡਾ ਪ੍ਰਭਾਵ ਕਿੱਥੇ ਪਾਇਆ ਗਿਆ? ਤੁਹਾਡਾ ਹੋਏ ਤਰਵੇਗਾ ਪੰਜਾਬ ਤੋਂ ਸਿੱਧੇ ਤੱਕ ਠੀਕ ਹੈ। ਸੋ ਜਰੂਰੀ ਯਾਦ ਰੱਖਿਓ ਉਸ ਨੂੰ। ਵਾਦਦੇ ਆ ਜੀ ਅਗਲਾ ਸਟੋਰੀ। ਅਲੋchna ਜੀ ਪੰਜਾਬ ਵਿੱਚ ਜੋਗੀਆਂ ਦਾ ਪ੍ਰਸਿੱਧ ਕੇਂਦਰ ਕਿਹੜਾ ਹੈ? ਆਫਰਦੀ گورਕਪੁਰ ਤਲੂੰਬਾ گورਕਨਾਥ ਪਹਾੜੀ ਜਾਂ ਨਾਰਨੋਲ ਦੱਸੋ ਜੀ ਸਹੀ ਉੱਤਰ ਕਿਹ ਹੈ ਗੈਸ ਦਾ ਆਪਿੰਟਰ ਸਾਹਮਣੇ ਹੈ ਜੀ ਤੈਿਹਦਾ ਹੈ ਜੀ گورਖਨਾਥ ਪਹਾੜੀ ਹਾਂਜੀ ਪੰਜਾਬ ਇਹ ਜੋਗੀਆਂ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ ਤੁਹਾਡਾ ਹੋਇਆ ਜਰਵਾ گورਖਨਾਥ ਪਹਾੜੀ ਠੀਕ ਹੈ ਸੋ ਜਰੂਰੀ ਯਾਦ ਰੱਖਿਓ ਇਸ ਨੂੰ ਵਾਦਿਆ ਜੀ ਅਨੋਸਟ ਵਾਲ ਅਲੋਸ਼ਣਾ ਜੀ ਪਾਣੀਪਤ ਦੀ ਦੂਜੀ ਲੜਾਈ ਕਦੋਂ ਲੜੀ ਗਈ ਸੀ ਆਪਸ਼ਨ ਏ 1526 1556 1761 ਜਾਂ 1764 ਦੱਸੋ ਜੀ ਸੇਹ ਉਤਰ ਕੇ ਗੱਜ ਦਾ ਆਫੀਸ਼ੀਅਲ ਸਾਹਮਣੇ ਆ ਜੀ ਤਾਂ ਇਹਦਾ ਹਿਤ ਹੈ ਜੀ 1556 ਦੇ ਵਿੱਚ ਹਾਂ ਜੀ ਪਾਣੀਪਤ ਦੀ ਦੂਜੀ ਲੜਾਈ ਕਦੋਂ ਲੜੀ ਗਈ ਸੀ ਜਿਹੜਾ ਹਿਤ ਹੋਗਾ 1526 ਦੇ ਵਿੱਚ ਠੀਕ ਹੈ ਸੋ ਜਰੂਰ ਯਾਦ ਰੱਖਿਓ ਤੁਸ ਨੂੰ ਵਾਧੇ ਆ ਜੀ ਅਗੋਂ ਸਵਾਲ ਅਗੋਸ਼ਾ ਜੀ ਮੁਗਲ ਰਾਜਵੰਸ਼ ਦਾ ਸੰਸਥਾਪਕ ਕੌਣ ਸੀ ਆਪਸ਼ਨ ਹੈ ਜੀ ਬਾਬਰ ਅਕਬਰ ਹਮਾਇੂ ਜਾਂ ਔਰੰਗਜ਼ੇਬ ਦੱਸੋ ਜੀ ਥੀਰ ਤਰੀਕੇ ਹੋ ਗਿਆ ਇਸ ਦਾ ਆਪਸ਼ਨ ਤੁਹਾਡਾ ਸਾਹਮਣੇ ਹੈ ਜੀ ਤੇ ਇਹਦਾ ਜਵਾਬ ਹੈ ਜੀ ਬਾਬਰ ਹਾਂ ਜੀ ਮੁਗਲ ਰਾਜਵੰਸ਼ ਦਾ ਸੰਸਥਾਪਕ ਕੌਣ ਸੀ ਤੜਾ ਹੋਇਆ ਜਰ ਬਾਬਰ ਸੀਗਾ ਜੋ ਸਭ ਤੋਂ ਪਹਿਲਾਂ ਸ਼ਾਸਕ ਬਣਿਆ ਸੀ ਮੁਗਲ ਰਾਜਵੰਸ਼ ਦਾ ਠੀਕ ਹੈ ਸੋ ਹੋਪ ਕਰਦਾਂਗੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤੇ ਜੇਕਰ ਤੁਸੀਂ ਸਾਡੇ ਟੈਲੀਗ੍ਰam group ਨੂੰ ਜੁਆਇਨ ਨਹੀਂ ਕੀਤਾ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉਸ ਨੂੰ ਜ਼ਰੂਰ ਜੁਆਇਨ ਕਰ ਲਓ ਕਿਉਂਕਿ ਉੱਥੇ ਵੀ ਅਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ ਤਾਂ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਾਲ ਔਰ ਉਦੋਂ ਤੱਕ ਲਈ ਰੱਬ ਰਾਖਾ